ਐਲੀ ਮੰਜੀ ਹੈ ਇਹ ਵੀ ਓਵਰਲੋਡ ਹੋਈ ਪਈ ਆ ਹਾਂਜੀ ਤੇ ਐਲੀ ਮੰਜੀ ਮਾਸ਼ਾਅੱਲਾ ਓਵਰਲੋਡ ਹੋਈ ਪਈ ਆ ਜੀ ਇਨਸ਼ਾਅੱਲਾ ਤਾਂ ਨੈਕਸਟ ਟਾਈਮ ਜਦੋਂ ਗਏ ਨਾ ਹੋਰ ਲੈ ਆਵਾਂਗੇ ਤਕਰੀਬਨ 10 ਦਰਜਨਾਂ ਨਹੀਂ ਆ ਕਿਆ ਚੀ ਪਈਆਂ ਨਹੀਂ ਆ ਬਾਕੀ ਖਿਲੌਣੇ ਵੀ ਬਹੁਤ ਪਿਆਰੇ ਪਿਆਰੇ ਹਾਂਜੀ ਇਹਦਾ ਲਟਕਾ ਦਿਓ ਬਸ ਪਿਆਰਾ ਲੱਗੇਗਾ ਬਾਕੀ ਆ 750 ਰੁਪਏ ਤਿੰਨ ਨੇ ਤੇ ਮਾਸ਼ਾਅੱਲਾ ਜੀ ਬਾਕਸ ਭਰਿਆ ਗਿਆ ਹੈਗਾ ਮੈਂ ਸੋਚਦਾ ਸੀਗਾ ਸਮਾਨ ਥੋੜਾ ਹੈਗਾ ਤੇ ਬਾਕਸ ਵੱਡਾ ਚੱਕ ਲੈਣ ਸਾਰਾ ਸਮਾਨ ਜਿਆ ਪੈਕ ਕਰ ਰਹੇ ਨੇ ਬਾਕਸ ਦੇ ਅੰਦਰ 100 ਰੁਪਏ ਕਿਲੋ ਮਿਲ ਰਹੇ ਨੇ 5 ਕਿਲੋ ਲੈ ਲੈਣੇ ਬਾਕੀ ਫਰਾਕਾਂ ਜਿਹੜੀ ਨੌਤਲੀ ਮੰਜ਼ਲ ਤੇ ਨਹੀਂ ਹੈ ਥੱਲੇ ਬਾਕੀ ਸਾਰੇ ਜਿਹੜੇ ਨੇ ਫਰਾਕਾਂ ਵਗੈਰਾ ਲੱਗੀ ਹੋਈਆਂ ਉੱਤੇ ਉਹਨਾਂ ਨੇ ਪ੍ਰਾਈਸ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਜੀ ਕੀ ਹਾਲ ਚਾਲ ਨੇ ਸਾਡੇ ਕਨਾਲ ਦਾ ਮਾਮ ਬੈਨ ਭਾਈਆਂ ਦੇ ਅਸੀਂ ਮਿਹਨਤ ਕਰਨੇ ਆ ਸਾਡੇ ਕਨਾਲ ਦਾ ਮਾਮ ਬੈਨ ਭਾਈ ਬਿਲਕੁਲ ਠੀਕ ਠਾਕ ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆ ਗਏ ਤੇ ਆਪਣਾ ਯਾਰ ਜਿਹਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਸੀ ਮੁਕੰਮਲ ਬਾਤ ਕਰਨਾ ਜਿਨ੍ਹਾਂ ਨੇ ਹਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਦਨ ਥੱਲੇ ਲਾਲ ਕਲਰ ਦਾ ਸਬਸਕ੍ਰਾਈਬ ਦਾ ਬਟਨ ਨਜ਼ਰ ਆ ਰਿਹਾ ਹੋਣਾ ਕੋਲ ਦਬਾ ਕੇ ਨਾਲ ਛੋਟਾ ਜਿਹਾ ਬੈਲ ਆਈਕਨ ਦਾ ਬਟਨ ਹੋਣਾ ਉਹਨੂੰ ਦਬਾ ਕੇ ਆਲ ਤੇ ਕਰ ਲਓ ਕਿ ਸਾਡੇ ਆਉਣ ਵਾਲੇ ਵਲੌਗ ਨੇ ਬਾਤ ਸਾਨੀ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਜੀ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂਗੇ ਜੋ ਕਿ ਮਾਸ਼ਾਅੱਲਾ ਅੱਜ ਅਸੀਂ ਜਾਵਣ ਲੱਗੇ ਹਾਂ ਕਿ ਸਾਈਵਾਲ ਉਥੋਂ ਕੋਈ ਸ਼ੌਪ ਦਾ ਸਮਾਨ ਲੈਣਾ ਹੈਗਾ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ ਨਾਲ ਸ਼ੇਅਰ ਕਰਦੇ ਰਵਾਂਗੇ ਕਿਉਂਕਿ ਜੁੱਤੀਆਂ ਕੁਝ ਕੰਮ ਨਹੀਂਗੇ ਦੇਖਣੇ ਆ ਕੇ ਅਗਰ ਸਾਰੀਆਂ ਜੁੱਤੀਆਂ ਪੂਰੀਆਂ ਕਰ ਸਕਣੇ ਆ ਜੁੱਤੀਆਂ ਵੀ ਲੈਣੀਆਂ ਨੇਗੀਆਂ ਫਿਰ ਆਪਣੀ ਦੂਸਰੀ ਸ਼ੌਪ ਦਾ ਸਮਾਨ ਵਗੈਰਾ ਲੈਣਾ ਅਗਰ ਇਸ ਵਲਾਗ ਵਿੱਚ ਦਿਖਾ ਸਕਿਆ ਠੀਕ ਹੈ ਨਹੀਂ ਤਾਂ ਅਗਲੇ ਵਲਾਗ ਤੇ ਜਾ ਕੇ ਫਿਰ ਉਹ ਲੈ ਆਵਾਂ ਕਿਉਂਕਿ ਵਲਾਗ ਕਾਫੀ ਲੰਬਾ ਜਾਣਾ ਲੈ ਆ ਜੇ ਜੀ ਜੀ ਕੱਲ 5-6 ਬੱਚੇ ਬੈਠੇ ਹੈਗੇ ਨੇ ਹਾਂ ਬੱਚਿਆਂ ਦੀ ਠੀਕ ਹੈ ਨਾ ਜੀ ਜੀ ਛੋਟੇ ਛੋਟੇ ਦੀਆਂ ਵੱਡੇ ਤੇ ਵੈਸੇ ਨਾ ਲੜਕੀਆਂ ਦੀ ਜੁੱਤੀਆਂ ਜੀ ਛੋਟਿਆਂ ਬੱਚਿਆਂ ਦੀਆਂ ਵੀ ਤੇ ਵੱਡੀਆਂ ਵੀ ਤੇ ਹੈਗੇ ਨੇ ਵੱਡੇ ਬੰਦੇ ਤਾਂ ਫਿਰ ਸਬਜ਼ੀ ਵਗੈਰਾ ਇੱਥੇ ਅੱਬੂ ਜਾਣ ਕੋਲ ਆਉਂਦੇ ਆਂਦੇ ਜੁੱਤੀਆਂ ਵਗੈਰਾ ਪੁੱਛਦੇ ਨੇ ਕਹਿੰਦੇ ਤੁਹਾਡੀ ਜੁੱਤੀਆਂ ਪਈਆਂ ਨੇ ਮਤਲਬ ਜੁੱਤੀਆਂ ਛੋਟੀਆਂ ਹੈਗੀਆਂ ਬੱਚਿਆਂ ਦੀਆਂ ਨਾ ਬੱਚੇ ਆਉਂਦੇ ਨੇ ਤਾਂ ਫਿਰ ਚਾਰ ਕਰਦੇ ਹੈਗੇ ਨੇ ਜੀ ਜੀ ਤੇ ਉਧਰੋਂ ਅੱਬੂ ਜਾਨ ਨੇ ਵੀ ਆ ਜਣਾ ਮੰਡੀਓਂ ਸਮਾਨ ਮੰਗਵਾਇਆ ਹੈਗਾ ਆਪ ਅਸੀਂ ਨਹੀਂ ਗਏ ਹਾਂਗੇ ਇੱਥੇ ਜਿਹੜੀ ਸਾਡੇ ਕਰੀਬ ਮੰਡੀ ਹੈ ਨਾ ਉੱਥੋਂ ਤਕਰੀਬਨ 2400 ਰੁਪਏ ਸਮਾਨ ਮੰਗਵਾਇਆ ਹੈਗਾ ਉਹਦੇ ਵਿੱਚ ਇਹ ਮਟਰ ਆਏ ਨੇ 4 ਛਾਪਰ ਤੇ ਸੀਗੇ ਸਸਤਾ ਮਿਲ ਗਿਆ ਮਕਾਮੀ ਇੱਥੇ ਹੀ ਚੀਜ਼ਾਂ ਨੇ 3 ਛਾਪਰ ਮਟਰਾਂ ਦੇ ਇੱਕ ਜੀ ਦਾ ਇੱਕ ਮੁੰਗਰਿਆਂ ਦਾ 3 ਗਾਜਰਾਂ ਦਾ ਜੀ 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 ਔਰ ਦਨੀਆ ਔਰ ਪਾਲਕ ਤੇ ਦਨੀਆ ਔਰ ਪਾਲਕ ਇਹ ਦੇਖੋ ਇਹ ਨਾਲ ਪਈਆ ਇਹ ਆਪਣੇ ਇਲਾਕੇ ਦੀ ਇੱਥੋਂ ਦੀ ਹੈਗੀ ਸਾਡੀ ਜਿਹੜੇ ਨਾ ਨਜ਼ਦੀਕ ਹੀ ਇੱਥੇ ਜਿਵੇਂ ਗੱਡੇ ਆਉਣ ਇੱਥੋਂ ਹੋ ਜਾਵੇ 4-5 ਕਿਲੋਮੀਟਰ ਸਫ਼ਰ ਦੇ ਕਿਉਂਕਿ ਸਾਰਾ ਏਰੀਆ ਜਿਹੜਾ ਨਾ ਇਹਦੇ ਜੇ ਕੋਈ ਜ਼ਮੀਂਦਾਰ ਸਬਜ਼ੀਆਂ ਵਗੈਰਾ ਕੱਢਦੇ ਨੇ ਉਸ ਮੰਡੀ ਤੇ ਲੈ ਕੇ ਜਾਂਦੇ ਹੁੰਦੇ ਨੇ ਤੇ ਖੁਸ਼ਬੂ ਇਹਨਾਂ ਚ ਬਹੁਤ ਪਿਆਰੀ ਆਉਂਦੀ ਹਾਲਾਂਕਿ ਉਧਰੋਂ ਮਾਮੂ ਕਾਂਜਣੀ ਚ ਲੈ ਕੇ ਆਉਂਦੇ ਸੀ ਨਾ ਫਾਰਮੀ ਗੱਡੇ ਹਾਂ ਇਹ ਸਸਤਾ ਵੀ ਮਿਲ ਜਾਂਦਾ ਉੱਥੋਂ ਚਲੋ ਠੀਕ ਹੈ ਉਹ ਜੀ ਚੀਜ਼ ਆਪੂ ਜਾਣਾ ਇੱਥੋਂ ਮੰਗਵਾਈਆਂ ਕਰਾਂਗੇ ਬਾਕੀ ਫਿਰ ਸਮਾਨ ਜਾਂ ਫਰੂਟ ਉਧਰੋਂ ਲੈ ਆਵਾਂਗੇ ਕਰਾਂਗੇ ਉੱਥੇ ਜਿਹੜਾ ਨਾ ਕਿੰਨੂ ਵਗੈਰਾ ਦੀ ਪ੍ਰਾਈਸ ਬੜੀ ਕਮ ਹੈਗੀ ਮਾਸ਼ਾਅੱਲਾ ਤੇ ਉਧਰੋਂ ਰਾਤ ਨੂੰ ਨਾ ਅਫਤਾਰੀ ਤੋਂ ਬਾਅਦ ਅਸੀਂ ਇਹ ਟਰਾਈ ਕੀਤੇ ਸੀ ਪਿਓ ਪੁੱਤਰ ਨੇ ਬੜੇ ਮਜ਼ੇਦਾਰ ਨੇਗੇ ਯਕੀਨਨ ਮੈਂ ਕਹਿਣਾ ਆ ਗਿਆ ਕਿਨੂੰ ਨੂੰ ਛੱਡ ਕੇ ਬੰਦਿਆਂ ਨੂੰ ਖਾਣੇ ਸਿਰਫ ਇਹ ਗ੍ਰੇਟ ਹੀ ਚਾਹੀਦੇ ਨੇਗੇ ਬੜੇ ਵੀਆਈਪੀ ਨੇਗੇ ਬਾਕੀ ਉਦੋਂ ਸੱਚ ਤੁਹਾਨੂੰ ਦੱਸਣਾ ਹੀ ਮੈਂ ਭੁੱਲ ਗਿਆ ਕਿ ਕੱਲ੍ਹ ਸੈਕਿੰਡ ਟਾਈਮ ਮੈਂ ਵਲਾਗ ਨਹੀਂ ਬਣਾ ਪਾਇਆ ਸੀ ਕਿਉਂਕਿ ਪਹਿਲੇ ਵਾਲਾ ਵਲਾਗ ਹੀ ਬੜਾ ਲੰਬਾ ਚੌੜਾ ਬਣ ਗਿਆ ਕਿ ਤੁਹਾਨੂੰ ਐਡੀਟਿੰਗ ਵਗੈਰਾ ਕਰਨ ਤੇ ਅਪਲੋਡ ਕਰਨ ਤੇ ਕਾਫੀ ਟਾਈਮ ਲੱਗਿਆ ਗਿਆ ਨਾਲ ਫਿਰ ਅਫਤਾਰੀ ਦਾ ਟਾਈਮ ਹੋਣ ਵਾਲਾ ਸੀਗਾ ਮੈਂ ਪਕੌੜਿਆਂ ਵਗੈਰਾ ਚਲਾਈ ਕਰਨੀ ਸੀ ਵੀਡੀਓ ਮੈਂ ਅਪਲੋਡ ਤੇ ਲਾ ਕੇ ਉੱਥੇ ਰੱਖਤੀ ਤੇ ਮੈਂ ਖੁਦ ਜਿਹੜਾ ਨਾ ਕੋਲ ਤਲਾਈ ਵਗੈਰਾ ਕਰਕੇ ਪਕੌੜੇ ਜਿਹੜਾ ਨਾ ਸੇਲ ਕੀਤੇ ਇਨਸ਼ਾਅੱਲਾ ਤਾਲਾ ਅੱਜ ਦਾ ਰਹਿਣਾ ਅਫਤਾਰੀ ਦੀ ਰੂਟੀਨ ਜਿਹੜੀ ਮੁਕੰਮਲ ਸ਼ੇਅਰ ਕਰਾਂਗੇ ਇਸ ਵਜੇ ਟੈਮੋ ਟਾਈਮ ਬਸ ਨਿਕਲਣ ਲੱਗਿਆ 11 ਵਜ ਗਏ ਨੇਗੇ ਤੇ ਇੱਥੋਂ ਨਿਕਲਨੇ ਆ ਗਏ ਚੱਲ ਕੇ ਲੈਣੇ ਆ ਸਾਈਵਾਲ ਜਿਹਾ ਸਮਾਨ ਲੈਣਾ ਹੈਗਾ ਫਿਰ ਇੱਥੋਂ ਜੇ ਸ਼ਹਿਰ 'ਚ ਖਰੀਦਣਾ ਚਲੋ ਸੁਬਾਹ ਹੀ ਖਰੀਦ ਲਵਾਂਗੇ ਕੋਈ ਨਹੀਂ ਮਸਲਾ ਅੱਜ ਸਾਈਵਾਲ ਜਿਹੜੀ ਚੀਜ਼ਾਂ ਲੈਣੀਆਂ ਉਹ ਇਨਸ਼ਾਅੱਲਾ ਤਾਲਾ ਲੈ ਆਉਂਦੇ ਹਾਂ ਅੰਮੀ ਜਾਨ ਵੀ ਬਹੁਤ ਜ਼ਿਆਦਾ ਖੁਸ਼ ਨੇ ਪਹਿਲੇ ਵਾਲੀਆਂ ਜਿਹੜੀਆਂ ਕੱਲ ਚੂੜੀਆਂ ਵਗੈਰਾ ਲੈ ਆਏ ਸੀਗੇ ਇਹ ਉਵੇਂ ਬਾਕਸ ਪਏ ਨੇਗੇ ਇਹ ਅਗਲੇ ਵਲਾਗ ਦਾ ਦਿਖਾਵਾਂਗੇ ਕਿਉਂਕਿ ਫਿਰ ਜ਼ਿਆਦਾ ਲੰਬਾ ਵਲਾਗ ਬਣ ਜਾਂਦਾ ਹੈਗਾ ਫਿਰ ਤੁਸੀਂ ਵੀ ਕਹਿੰਦੇ ਹੋ ਕਿ ਅਸਲ ਇੰਨਾ ਵੱਡਾ ਵਲਾਗ ਬਣਾਤਾ ਅੱਜ ਆਪਾਂ ਸ਼ੋਪਿੰਗ ਕਰਕੇ ਲੈਣੀ ਨੂੰ ਉਹਦੇ ਨਾਲ ਵੀ ਇਹ ਵੀ ਆਪਾਂ ਨੇ ਇਨਸ਼ਾਅੱਲਾ ਇਹ ਤੁਹਾਡੇ ਨਾਲ ਨਾ ਉਸ ਉਹਨਾਂ ਸਮਾਨ ਦੇ ਨਾਲ ਹੀ ਫੇਰੀ ਚੀਜ਼ਾਂ ਮੈਂ ਇਹ ਵੀ ਲੈ ਆਂਦੀਆਂ ਨੇ ਇਹ ਵੀ ਤੁਹਾਡੇ ਬੈੜਾ ਭਾਈ ਨੂੰ ਸਾਰੀਆਂ ਸ਼ੇਅਰ ਕਰਕੇ ਦਿਖਾਵਾਂਗੇ ਕਿ ਕੀ ਚੀਜ਼ਾਂ ਨੇ ਆ ਦੇਖੋ ਨਾ ਦਾਨੂ ਮੈਂ ਉੱਥੇ ਹੀ ਕੁਝ ਦਿਖਾ ਰਿਹਾ ਸੀਗਾ ਇਹ ਦੇਖੋ ਚੂੜੀਆਂ ਕਿਸ ਤਰ੍ਹਾਂ ਦੀਆਂ ਨੇਗੀਆਂ ਐਮ ਜਾਨੇ ਨੂੰ ਕੀ ਕਹਿੰਦੇ ਨੇ ਕਿ ਜਿਹੜਾ ਉੱਤੇ ਕਪੜਾ ਇਹ ਲੱਗਿਆ ਹੋਇਆ ਪਲੱਚੀ ਗਏ ਹੋ ਜਾਏ ਤਾਂ ਕੋਈ ਕਪੜਾ ਹੁੰਦਾ ਹੈਗਾ ਜਿਹੜਾ ਉੱਤੇ ਉਹਨਾਂ ਨੇ ਲਾਇਆ ਹੋਇਆ ਹੈਗਾ ਬੜਾ ਵੀ ਆਈ ਪੀ ਤੇ ਇਹ ਰੱਖਣੇ ਆ ਤੇ ਉਧਰੋਂ ਆ ਕੇ ਤੁਹਾਨੂੰ ਦਿਖਾਵਾਂਗੇ ਕਾਫੀ ਬਾਕਸ ਨੇ ਗਏ ਆ ਪਏ ਹੋਏ ਇਹਨਾਂ ਕੋਲ ਸੈਟਅਪ ਵਗੈਰਾ ਦੇ ਇੰਤਜ਼ਾਮ ਕਰਨਾ ਮਿਸਤਰੀ ਨੂੰ ਬੁਲਵਾਉਂਦੇ ਆ ਕਿ ਉਹਦੇ ਨਾਲ ਇੱਕ ਤਾਂ ਗੱਲ ਕਰਨੇ ਆ ਸ਼ੈਲਫ ਬਣਵਾਉਣ ਦੀ ਕਿ ਆ ਸ਼ੈਲਫ ਜਿਹੜੇ ਨੇ ਇਦਾਂ ਤੱਕ ਬਣਵਾਉਣੇ ਥੱਲੇ ਇਹਦੇ ਨਾਲ ਮਣ ਮਣ ਵਾਲੇ ਖਾਨੇ ਵੀ ਇਨਸ਼ਾਅੱਲਾ ਤਾਲਾ ਬਣਵਾਉਣੇ ਆਗੇ ਹਾਂ ਜਿਵੇਂ ਇੱਥੇ ਚਾਵਲ ਪਏ ਨੇ ਇੱਥੇ ਮਾਣਾ ਵਾਲਾ ਗੱਲਾ ਬਣਿਆ ਹੋਵੇ ਉਹਦੇ ਵਿੱਚ ਪਲਟ ਤੇ ਕਰਾਂਗੇ ਦੋ ਇਹੋ ਜਿਹੀਆਂ ਬੋਰੀਆਂ ਪਲਟੀ ਹੋਈ ਸਕੂਨ ਨਾ ਆਪਣਾ ਜਿਹੜਾ ਨਾ ਮੈਂ ਕਹਿੰਦਾ ਜੀ ਜੀ ਆਹਿਸਤਾ ਆਹਿਸਤਾ ਸਟੈਪ ਉਹ ਚੀਨੀ ਵਗੈਰਾ ਵੀ ਲੈਣੀ ਹੈਗੀ ਹੁਣ ਵੇਖਣੇ ਅਗਰ ਅੱਜ ਟਾਈਮ ਲੱਗਦਾ ਅੱਜ ਇਨਸ਼ਾਅੱਲਾ ਤਾਂ ਲੈ ਆਵਾਂਗੇ ਨਹੀਂ ਤਾਂ ਸੁਬਾਹ ਜਿਹੜਾ ਨਾ ਕਰਿਆਨੇ ਦਾ ਸਮਾਨ ਵੀ ਲੈ ਆਵਾਂਗੇ ਅੰਮੀ ਜਾਨ ਇਨਸ਼ਾਅੱਲਾ ਬਾਕੀ ਹੁਣ ਨਿਕਲੀ ਆਪਾਂ ਜਲਦੀ ਕਿਉਂਕਿ ਲੇਟ ਹੋ ਜਾਣੀ ਤੁਹਾਨੂੰ ਪਤਾ ਹੈ
ते सोचे हुए तो बहुत खुश हैगा कि आज जाके ना उदो समान खरीद लेना है, लेकिन देखांगे कितना समान कितने पैसे चाहता है, फिर किराने के नाल समान लेना देखांगे ना इंशाल्लाह ताला। तो उदो मैं आज देखे है सुबह सुबह उठते हैं ला माशाल्लाह अपना यह बदाम है ना बहुत प्यारा ग्रो कर रहा, हालांकि इनू हजे तक जमीन के थले नहीं लाया हुआ है, एवं पिया छापर के बच्चे ही तो बहुत प्यारा ग्रो कर रहा, अगर इन जमीन ही कटिया जाए तो फिर और ज़्यादा ग्रो करे माशाल्लाह, नवे अगे पत्ते निकल रहे हैं, टहनियाँ नवी बन रही नेगी ते बहुत प्यारा ग्रो करेगा, बस इंदा कोई ना जगह बनाने जिथे नू कढ़िए फिर बहुत प्यारा अगे ना ग्रो करेगा। तो उधर आज सुबह सुबह आयशा ने मैंने दिखाया हैगा रात नू बैठ के वह बनाती रही जी, एक मोटू बनाया है, कोई और कार्टून हैगा उनका उन्होंने बनाया हैगा सलाइम जी नाल जिन्हों मिट्टी कहंदे आगे, तो हाले तक उन्हें फस्ट टाइम ट्राई किया हैगा, इस तों बाद अगर तीन चार बारी बनाया जाए तो सारिया चीज़ा जिन्ना अच्छी तरह सफाई ना बना सकती है, देखो उनकी अखा किस तरह ने गिया फेस किस तरह, उन्होंने कार्टून देखे होने मैं जो कोई और चाचा भतीजा की होंदा कार्टून वो इस तरह का होंदा, ए मोटू नू कौन नहीं जानता, मोटू दे वाल वगैरह जिहड़े एक एक चीज़ की देखो ध्यान रखा गया, अखा देखो किस तरह बनाइया उन्होंने, यो जी मिट्टी कहने फोम वाली ये उन्हें उन्होंने बनाया तो सुकने रखे हुए उन्होंने, इतों पे हुए असली दे रग रहे जो खिलौने कोई पै आते हैं, देखो हाथ तो सारा काम होया नरम नरम होवे हाली तक हैगा, सुक जाएगा ना फिर पक्का हो जाएगा। तो ठीक है जी हूँ फिर चलने यूट्यूबर के मोटरसाइकिल की चाबी भी यूट्यूब वाली हैगी, देखो चेक करो थला यूट्यूब वाला चमक रहा है, चलने तो असं जी जल्दी जल्दी जो तू घरों निकल पे आगे तो क्योंकि शहर जाके काम बहुत ज़्यादा करने नेगे इस वजह से ना मैं क्या जल्दी जल्दी निकलीए, पेट्रोल भी इतों डलवा ली मोटरसाइकिल का खत्म होने वाला पहले आना, हूँ पेट्रोल की कोई परेशानी नहीं बनेगी सुकून जो सफ़र गुजर जाएगा, बस मोटरसाइकिल की इको ही हम परेशानी होती पेट्रोल की, पहले जब मेरे को मोटरसाइकिल ना छोटा होंगी यही टेंशन होंगी सी कभी उनकी गरारी खराब हो जाती सी कभी चैन खराब हो जाता सी, अल्लाह का शुक्र जो नवा मोटरसाइकिल लिया सुकून है चापा पेट्रोल की टेंशन मिलती कभी कभी जो खत्म हो जाए जो जाते हुए, लेकिन पेट्रोल इतने मैं बाद ही रखना आ गया ज़्यादातर अद्धा लीटर बाद ही रखना जी सफ़र से कितने निकलना है ना कि कोई परेशानी किसी टाइम बन सकती कि अद्धा लीटर उस एक्सट्रा हो रावी देना पुल तो गुजर रहे थे मैं थोड़े ने शेयर कर देना माशाल्लाह कितना खूबसूरत व्यू हैगा सारा पानी से देखो लाल लाल जहेगा इद्या बन उन्होंने लाए हुए नेगे, तो वैसे ना गर्मियों के इतने नावन का बड़ा मजा आ गया लेकिन गहराई बहुत आंदा है तेजी बहुत जहाँ पानी बाव आंदा है इस वजह तो ना बड़ा डेंजरस होंगे, इतों फोन थले गिर जाए लंबना ही नहीं है, चलिए जी अगे भी हाले तक काफ़ी कम नेगे। तो फाइनली जी इतने साहिवाल असी आ गए हैं लेकिन असी पहले जावन लगे आगे इतने हॉस्पिटल, तो हॉस्पिटल जी मैं इस वजह जावन लगे असल दिन इतने मेरे एक दोस्त का ऑपरेशन होगा तो उनके को आना है अम्मी जान तो मामू का बेटा है, समझ लो मेरा मामू ही लगता है लेकिन दोस्त है मेरे इतनी वो उम्र है सेम उन्हें ना पेट दर्द हुई सी तो पता नहीं की मसला बनया है कि उन्होंने ऑपरेशन करना पेगा मजबूर है तो चलने ना अगे सिविल हॉस्पिटल उतो हो के तो जुमे की नमाज ही उत्थे अदा करा क्योंकि जुमे की नमाज का भी टाइम होने वाला है, तो उस तो बाद फिर बाजार जाके जी चीज़ा खरीदनिया ने वही खरीद लवेंगे, कल ही उन्होंने ऑपरेशन होया अल्लाह पाक का शुक्र है कह रहे खतरे वाली कोई गल नहीं लेकिन हो के जावगा मेरा दोस्त हैगा फिर रिहा नहीं ना जाता। तो मोटरसाइकिल जी इतने पार्किंग लाता बाकी हूँ फिर चलने आगे अगे उधर हाँ ले ली बाकी इतने ना इधर ही आया फिर दोस्त दे पिछे क्योंकि साडा बड़ा वी आई पी दोस्त आ गया विलाग वगैरह जगह नहीं आता आ गया लेकिन अब तुम दिखावे हम वो भी चलने आगे रल के ना उत्ते बाकी इतने लिफ्ट भी हैगी लेकिन असं सीढ़ियाँ ले जाने बाकी इतों मैं अपने दोस्त को लो लिया लेकिन उसकी हालत देख के यकीन करके एक तो मैं वीडियो नहीं याद रही बहुत ज़्यादा सैड हो गया इसी गल तो बाकी फिर अगे चलने आगे असल तो उनकी हालत ही नहीं है कि बेचारे लोग पक्की थी उन्हें नाली वगैरह लाई उन्हें कलो ही कोई नाली लाई सवाल नहीं बड़ी तबीयत हो गई बस ये दुआ करनी है ना पता नहीं चलता कि असं इतना
ਤੇ ਉਂਝ ਫਿਰ ਚੱਲਨੇ ਆ ਕੇ ਅੱਗੇ ਸ਼ਹਿਰ ਤੇ ਚੱਲ ਕੇ ਨਾ ਉੱਥੋਂ ਜਿਹੜੀ ਆਪਣੀ ਚੀਜ਼ਾਂ ਖਰੀਦਣੀਆਂ ਖਰੀਦਨੇ ਆ। ਬਾਕੀ ਇੱਥੇ ਬਾਜ਼ਾਰ 'ਚ ਆਏ ਹਾਂਗੇ, ਅੱਜ ਰਸ਼ ਘੱਟ ਗਿਆ, ਜੁਮੇ ਦਾ ਦਿਨ ਹੈਗਾ, ਸਾਰੇ ਹੁਣ ਜੁਮਾ ਪੜ੍ਹ ਕੇ ਆਏ ਨੇ, ਫਿਰ ਬਾਜ਼ਾਰ 'ਚ ਆਵਣਗੇ। ਇੱਥੇ ਨਾ ਫਰਾਕਾਂ ਵਾਲੀ ਅਤੇ ਕੱਪੜਿਆਂ ਵਗੈਰਾ ਦੁਕਾਨ ਰੈਡੀਮੇਡ ਮਿਲਦੇ ਨੇਗੇ, ਹੋਲਸੇਲ ਵਾਲੀ, ਇੱਥੋਂ ਜਿੰਨਾ ਪਤਾ ਕਰਨੇ ਆ ਕੀ ਪ੍ਰਾਈਸ ਵਗੈਰਾ, ਸਸਤੇ ਨੇ ਵੀ ਲੈ ਜਾਵਾਂਗੇ ਇਨਸ਼ਾਅੱਲਾ। ਬਾਕੀ ਫਰਾਕਾਂ ਜਿਹੜੀਆਂ ਨਾ ਉਤਲੀ ਮੰਜ਼ਿਲ 'ਤੇ ਨੇਗੀਆਂ, ਥੱਲੇ ਬੱਚਿਆਂ ਦੇ ਅਤੇ ਵੱਡਿਆਂ ਦੇ ਰੈਡੀਮੇਡ ਸੂਟ ਪਏ ਨੇਗੇ। ਬਾਕੀ ਸਾਰੇ ਜਿਹੜੇ ਨਾ ਫਰਾਕਾਂ ਵਗੈਰਾ ਲੱਗੀਆਂ ਹੋਈਆਂ ਉੱਤੇ, ਉਹਨਾਂ ਨੇ ਪ੍ਰਾਈਸ ਵਗੈਰਾ ਵੀ ਲਿਖੀ ਹੋਈ ਹੈ, 880 ਰੁਪਏ ਦੀ ਹੈ ਬੰਡਲ ਮਿਲੇਗਾ ਤਕਰੀਬਨ, ਦੇ 6 ਨੇਗੀਆਂ, ਅਲੱਗ ਅਲੱਗ ਚੀਜ਼ਾਂ ਸਾਰੀਆਂ ਨੇਗੀਆਂ, 1250 ਹੈ ਬੰਡਲ ਪੂਰਾ ਹੀ, ਫਿਰ ਮਿਲਣਾ ਹੈਗਾ ਇਕੱਠਾ 6 ਫਰਾਕਾਂ ਦਾ, ਹਾਂ ਨਾਲ, ਅਤੇ ਇਹ 960 ਹੈਗਾ। ਬਾਕੀ ਉਹ ਵਾਲੀ ਫਰਾਕਾਂ ਤਾਂ ਬਹੁਤ ਮਹਿੰਗੀਆਂ ਨੇਗੀਆਂ, ਅਸੀਂ ਇਹ ਲਈ ਜਿੰਨਾ ਖਰੀਦੀਆਂ ਨੇਗੀਆਂ, ਘਰ ਚੱਲ ਕੇ ਤੁਹਾਨੂੰ ਦਿਖਾਵਾਂਗੇ। 6 ਪੀਸਾਂ ਦਾ ਬੰਡਲ ਹੈ, 740 ਰੁਪਏ ਦਾ ਇੱਕ ਪੀਸ, ਅੱਗੇ 1000 ਰੁਪਏ ਦਾ ਆਸਾਨੀ ਨਾਲ ਸੇਲ ਹੋ ਜਾਣਾ, ਅਤੇ ਕਾਫੀ ਨੇਗੇ, ਰੇਮੀ ਜਾਂ ਸ਼ੌਕ ਸੀ ਮਾਸ਼ਾਅੱਲਾ ਪੂਰਾ ਹੋ ਜਾਣਾ। ਬਾਕੀ ਇੱਥੇ ਸਮਾਨ ਖਰੀਦਿਆ 18,930 ਰੁਪਏ ਦਾ, 18,000 ਰੁਪਏ ਡਿਸਕਾਊਂਟ ਕਰਕੇ, ਪਹਿਲੇ ਵੀ 10,000 ਡਿਸਕਾਊਂਟ ਹੀ ਸੀਗਾ, ਸ਼ਾਪਰ ਭਰਿਆ ਗਿਆ, ਮਹਿੰਗੀਆਂ ਥੋੜ੍ਹੀਆਂ ਆਈਟਮਾਂ ਨੇ ਲੇਕਿਨ ਇਹ ਵਿਕਣਗੀਆਂ ਉੱਥੇ, 1,000-1,000 ਦੀ ਸੇਲ ਹੋ ਜਾਣੀ, 600-600 ਦੀ ਮਿਲੀ ਹੈ। ਬਾਕੀ ਇੱਥੇ ਬੱਚਿਆਂ ਦੇ ਖਿਡੌਣਿਆਂ ਵਾਲੀ ਹੋਲਸੇਲ ਵਾਲੀ ਦੁਕਾਨ ਹੈਗੀ, ਇੱਥੋਂ ਜਿਹੜਾ ਸਮਾਨ ਲੈ ਲੈਣ, ਲਾਟਰੀਆਂ ਵਗੈਰਾ ਵੀ ਇਹਨਾਂ ਕੋਲ ਅੱਛੀਆਂ ਪਈਆਂ ਨੇਗੀਆਂ, ਬਾਕੀ ਖਿਡੌਣੇ ਵੀ ਬਹੁਤ ਪਿਆਰੇ ਪਏ ਨੇਗੇ ਉੱਥੇ ਤੇ, ਸਾਰੇ ਜਿਹੜੇ ਨਾ ਪੁੱਛ ਲੈਂਦੇ, ਅਗਰ ਸਸਤੇ ਨੇਗੇ ਉਹ ਚਾਬੀਆਂ ਪਲਾਸ ਵਗੈਰਾ ਹੀ ਪੈਸੇ ਨੇ ਵੀ ਲੈ ਲਈ। ਬਾਕੀ ਮੈਂ ਇੱਥੇ ਗੁੱਡੀਆਂ ਵਗੈਰਾ ਦੇਖ ਰਹੀਆਂ ਨੇ, ਸਾਨੂੰ 150 ਰੁਪਏ ਦੀ ਇੱਥੋਂ ਮਿਲੇਗੀ, ਅੱਗੇ 200 ਦੀ ਆਸਾਨੀ ਨਾਲ ਸੇਲ ਕਰ ਸਕਦੇ ਹਾਂ, ਅਤੇ 130 ਦੀ ਮਿਲੇਗੀ ਇਹ ਵਾਲੀ ਜਿਹੜੀ ਹੈਗੀ ਡੱਬਿਆਂ ਪੈਕ, ਹਾਂ 2-2 ਲੈ ਲਓ, ਹਾਂ ਬਈ ਆ ਟਰੱਕ ਕਿੰਨੇ ਦਾ? 90 ਰੁਪਏ ਦਾ ਜੋੜਾ ਹੈਗਾ, ਮੀਆਂ 60-70 ਦਾ ਸੇਲ ਹੋ ਜਾਵੇਗਾ, ਬੱਚੇ ਬੜੇ ਸ਼ੌਕ ਲੈ ਉਹਨੇ, ਚੱਲ 2 ਲੈ ਲੈ, 2 ਪੈਕਟ ਲੈ ਲੈ, 90 ਰੁਪਏ ਦਾ ਇੱਕ ਹੈਗਾ। ਬਾਕੀ 120 ਰੁਪਏ ਦੀ ਐਲੀ ਕਰੇਨ ਮਿਲਦੀ ਹੈਗੀ, 200 ਦੀ ਅੱਗੇ ਆਸਾਨੀ ਨਾਲ ਸੇਲ ਹੋ ਸਕਦੀ, ਐਵੇਂ ਟੁੱਟੀ ਹੋਈ ਹੈ, ਪੀਸ ਟੁੱਟਿਆ ਇੱਥੇ ਲਿਆ, ਇਹ ਉਹਨਾਂ ਦੇ ਭਾਈ ਨੇ ਜਿਹਨਾਂ ਕੋਲ ਅਗਲੇ ਦਿਨ ਚੂੜੀਆਂ ਲੈ ਕੇ ਇੱਥੇ ਆਪਣਾ ਸਟਾਕ ਜਿਹਾ ਜਮ੍ਹਾਂ ਕਰ ਰਹੇ ਨੇ, 6 ਲੈ ਲੈਂਦੇ ਹਾਂ। ਬਾਕੀ ਥੋੜ੍ਹੇ ਥੋੜ੍ਹੇ ਜਿਹੇ ਸਾਰੇ ਖਿਡੌਣੇ ਲੈ ਰਹੇ ਹਾਂ, ਇਹ ਦਿਖਾ ਦਿਓ, ਇਹ ਚੈੱਕ ਕਰੋ ਜੀ, 280 ਰੁਪਏ ਦੀ ਮਿਲੇਗੀ, 350-350 ਉਹਨਾਂ ਸੇਲ ਕਰ ਸਕਦੇ ਹਾਂ, ਅੱਛੀ ਕੁਆਲਿਟੀ ਦੀਆਂ ਗੁੱਡੀਆਂ ਵਗੈਰਾ ਇਹਨਾਂ ਕੋਲ, ਮੈਂ ਪੀਸ ਲਵਾਉਣ ਲੱਗਿਆ, ਅਤੇ ਬਾਈ ਹੋਰ ਜਿਹੜੀ ਚੂੜੀਆਂ ਆਪਣੇ ਗੋਦਾਮ ਪਹੁੰਚਾ ਰਹੇ ਲਿਫਟ ਦੇ ਜ਼ਰੀਏ, ਅਤੇ ਇਹ ਕਿੰਨੇ 35 ਰੁਪਏ 'ਚ ਪਵੇਗੀ, ਅਤੇ ਅੱਗੇ 50 ਰੁਪਏ ਸੇਲ ਹੋ ਜੀ, ਓਕੇ 6 ਵੇਖੀਆਂ ਯਾਰ, ਫਿਰ ਆ ਕੇ ਲੈ ਆਵਾਂਗੇ, ਤੁਸੀਂ ਇਹ ਗੁੰਮ ਹੋ ਰਹੇ ਹੋ, ਇਹ ਗੁਲੈਲਾਂ ਹੀ ਪਈਆਂ ਨੇਗੀਆਂ, ਇਹ ਵੀ ਪੈਕਟ ਲੈ ਲੈਣੇ, ਹਾਂਜੀ ਇੰਨੇ ਮਹਿੰਗੇ ਕੰਘੇ ਪਾਏ ਉਹਨੇ ਵਿੱਚ, ਇਹ ਕਿੰਨੇ ਦਾ? ਚੱਲ ਇੱਕ ਦੇ ਦਿਓ, 90 ਰੁਪਏ ਦੇ ਦਿਓ, 6 ਕਰ ਲਓ ਜਾਂ 3 ਕਰ ਲਓ, 3 ਕਰ ਲਓ, ਇਹ ਕਿੰਨੇ ਦਾ? 150 ਰੁਪਏ, 3 ਇਹ ਵੀ ਕਰ ਲੈਣੇ ਆ, ਰੱਸੀ ਵਾਲਾ, ਰੱਸੀ ਵਾਲਾ ਇਹ 150 ਰੁਪਏ, ਇਹਨਾਂ ਤੋਂ ਬਿਹਤਰ ਜੇ ਨਾ ਮੋਟਰਸਾਈਕਲ ਨੇ ਗੇ, ਇੰਨੇ ਮਹਿੰਗੇ ਮਹਿੰਗੇ ਮੋਟਰਸਾਈਕਲ ਨੇ, 6-6-7-7 ਲੱਖ ਵਾਲੇ, ਹਾਂ ਬਾਈ ਕਿੰਨੇ ਦਾ ਮੋਟਰਸਾਈਕਲ? 150 ਬਾਈ, 150, ਓਕੇ ਹੋ ਗਿਆ, ਇਹ 3 ਲੈ ਲਓ ਮੀਆਂ ਨੇ, ਹਾਂ ਠੀਕ ਹੈ, ਅਲੱਗ ਅਲੱਗ ਮਾਡਲ ਦੇ, ਅਗਰ ਓਰੀਅਨ ਦੇ ਕਲਰ ਪਿਆ ਲੈ ਲਓ, ਬਾਈਕ ਆ ਵੱਡੀ, ਠੀਕ ਹੋ ਗਿਆ, ਕਿੰਨੇ ਦੀ ਆਇਆ ਵਾਲੀ? ਅੱਛਾ ਇਹ ਕਿੰਨੇ ਦੀ ਆ, ਉਹ ਵਾਲੀ ਕਿੰਨੇ ਦੀ ਆ?
ਇਹਨਾਂ ਦਾ ਕੀ ਪ੍ਰਾਈਸ ਹੈ 190 ਰੁਪਏ 190 ਐ ਭਾਈ ਉਹ 190 ਅੱਛਾ ਅੱਛਾ ਐ 590 ਐ 590 ਆਂ ਦੀ ਹੈ ਉਹ 190 ਆਂ ਦੀ ਉਹ 190 ਵਾਲੀ ਅੰਮੀ ਜਾਨ ਇੱਕ ਲੈ ਲਓ ਨਾ ਹਾਂ 980 ਫਿਰ ਐ ਓਰੀਜਨਲ ਵਾਕੂ ਲੱਗਦੀ ਇਹ ਕਾਰਟੂਨ ਹੁੰਦੀ ਹੈ ਬਾਕੀ ਹੈ ਪਿਆ ਸੀ ਪਿੰਜਰੇ ਜਿਵੇਂ ਤੋਤਾ ਡੱਕਿਆ ਹੁੰਦਾ ਤੋਤੇ ਵਾਲਾ ਪਿੰਜਰਾ ਬਣਿਆ ਤੋਤਾ ਹੀ ਹੈ ਤੋਤਾ ਹੀ ਹੈ ਬੋਲਦਾ ਵਾ ਬੋਲਦਾ ਕਿੰਨੇ ਦਾ ਡੱਬਾ ਹਲੋ ਬਾਜੀ ਹੈ 850 ਹਾਂਜੀ ਹਾਂ ਇਹ ਫੋਲਡ ਹੋ ਜਾਂਦੀ ਖੋਲ ਸਾਡੀ ਨੂਰ ਦੀ ਤਰ੍ਹਾਂ ਕਿੰਨੇ ਦੀ ਕਹੀ ਆ ਤੁਹਾਨੂੰ ਫਾਈਨਲ 900 ਦੀ ਲੱਗਦੀ ਫਾਈਨਲ 900 ਜਿੱਧਰ ਨੂੰ ਬਾਜ਼ੂ ਕਰੋ ਉਧਰ ਨੂੰ ਹੋ ਜਾਵੇ ਹਾਂ ਜੀ ਮੂਵ ਕਰਦੀ ਹੈ ਮੂਵੀ ਦਾ ਮੋੜ ਮੁੜ ਜਾਂਦਾ ਜੀ ਹਾਂ ਇਹ ਮੁੜ ਗਿਆ ਇਹ ਸਿੱਧਾ ਆ ਗਿਆ ਇਹ ਤੋਤਾ ਹੀ ਹੋਇਆ ਚਿੜੀਆਂ ਵਗੈਰਾ ਜੀ ਨਾ ਹਾਂ ਇਹ ਵੀ ਇੱਕ ਲੈ ਲਈ ਹੈ ਤੋਤੇ ਵਾਲੀ ਤੋਤਾ ਇਹ ਨਾ ਬੋਲੇਗਾ ਇਹ ਕਿੰਨੇ ਦਾ ਇਹ ਵਾਲਾ ਇਹ ਤੁਹਾਨੂੰ ਲੱਗੇਗਾ ਫਾਜੀ 600 ਤੇ 80 ਰੁਪਏ ਦਾ ਲੱਗੇਗਾ 680 ਦਾ नहीं बोलन वड्डा नहीं है अम्मी जान छोटे वाला ना वड्डे वाला फिर मिलता 1015 हां मैं तो एक मिनट खाना बड़ी प्यारी चीज है अभी कहंदी ना मुकम्मल फिटिंग करके भाई जी चेक करा देंदे ने पिंजरे ते सारे पार्ट पे अच्छा अच्छा हां जी इस तरह जी कितने 450 किने के तैयार फुल का कपना हां पिंजरा बनेगा पूरा तैयार होएगा पिंजरा ਉਹ ਇੱਥੇ ਵਿੱਚ ਮੈਂ ਵੇਖੀ ਨਾ ਉਹ ਪਈ ਹੋਈ ਆ ਉਹ ਹੋਰ ਚੀਜ਼ ਆ ਉਹ ਛੋਟਾ ਵਾ ਵੱਡਾ ਵਾ ਉਹ ਛੋਟਾ ਕਿੰਨੇ ਦਾ ਬੈਠਾ ਨਹੀਂ ਆਇਆ 300 ਰੁਪਏ ਦਾ ਜੇ ਮੇਰੇ ਕੋਲ 300 ਦਾ ਅੰਮੀ ਜਾਨ ਪੂਰੀ ਕਿੱਟ ਬਣੀ ਹੋਈ ਛੋਟੇ ਬੱਚਿਆਂ ਦੀ ਫਲਾਵਰ ਬਣਿਆ ਹੋਇਆ ਇਹ ਕਿੰਨੇ ਦਾ ਲੱਗੇਗਾ 430 ਰੁਪਏ ਦਾ 430 ਦਾ ਪਿੰਜਰਾ ਬਣਿਆ ਹੋਇਆ ਇਸ ਤਰ੍ਹਾਂ ਦੇ ਇਹ ਵੀ ਬੋਲ ਦੀ ਜੋ ਅੱਛਾ ਸਿਲ ਨਹੀਂ ਹੋਣੇ ਨੇ ਅੱਛਾ ਇਦਾਂ ਲਟਕਾ ਦਿਓ ਬਸ ਪਿਆਰਾ ਲੱਗੇਗਾ ਬਾਕੀ ਆ 750 ਰੁਪਏ ਤਿੰਨ ਹੈਗੀਆਂ ਰੀਅਲ ਲੱਗਦੀਆਂ ਨਵੀਂ ਜਾਂ ਜਿਵੇਂ ਅਸਲ ਦੀਆਂ ਨਹੀਂ ਲੰਮੀ ਇਹ ਸਨ ਇਸ ਤਰ੍ਹਾਂ ਇਸ ਸਾਹਿਬ ਨੇ ਜਬ ਬੰਦੀ 250 ਰੁਪਏ ਦੇ ਅੱਛਾ ਅੱਛਾ ਆ 250 ਵਿੱਚ ਪੈਣੀ ਜੀ 250 ਦੀ ਇੱਕ ਇਹ ਵੀ ਉਸੇ ਤਰ੍ਹਾਂ ਹੀ ਆ ਮੂਵ ਹੱਥ ਵੀ ਠੀਕ ਤਰ੍ਹਾਂ ਮੂਵ ਕਰਦੇ ਸਾਰੇ ਤੇ ਜਿਹੜੇ ਪਿੰਡਾਂ ਨੇ ਕਹਿਣਾ ਲੈ ਇੱਡੀ ਸਾਰੀ ਗੁੱਡੀ ਆ 50 ਰੁਪਏ 250 ਰੁਪਏ ਦੀ ਇਹ ਤਾਂ ਲੁੱਟਦੇ ਪਏ ਨੇ ਐਵੇਂ ਉਹਨਾਂ ਨੇ ਕਹਿਣਾ ਮੈਂ ਕਹਿ ਵੀ ਰਿਹਾ ਬਾਈ ਜੀ ਬਿੱਲ ਬਣਾਉਂਦੇ ਨੇ ਸਮਾਨ ਮਾਸ਼ਾਅੱਲਾ ਕਾਫੀ ਕੱਢ ਲਿਆ ਹੈਗਾ ਬਾਈ ਓਰੀਜਨ ਨਾਲ ਬਿੱਲ ਬਣਾ ਰਹੇ ਨੇ ਚੀਜ਼ਾਂ ਦਾ ਬਿੱਲ ਬਣਵਾ ਲੈਣਾ ਫਿਰ ਦੇਖਣੇ ਆ ਕਿ ਹੋਰ ਚੀਜ਼ਾਂ ਵੀ ਨੇਗੀਆਂ ਲੇਕਿਨ ਮਹਿੰਗੀਆਂ ਬਹੁਤ ਨੇਗੀਆਂ ਫਿਰ ਉਹ ਵੀ ਕੋਈ ਇੱਕ ਅੱਧੀ ਲੈ ਜਾਵਾਂਗੇ ਉੱਤੇ ਆ ਪੈਸੇ ਨੇਗੇ ਕਾਫੀ ਬਾਲੂ ਵਗੈਰਾ ਅੱਛੀਆਂ ਕਰੇਨਾਂ ਵੀ ਉੱਤੇ ਪਈਆਂ ਨੇਗੀਆਂ ਲੇਕਿਨ ਨਾਰਮਲ ਨਹੀਂ ਨੇ ਜਿਹੜੀਆਂ ਉੱਥੇ ਪਿੰਡੇ ਵਿਕ ਸਕਦੀਆਂ ਨੇਗੀਆਂ ਹੁਣ ਉਹ ਨਾਲ ਲੈ ਜਾਈਏ ਜਿਹੜੀਆਂ ਸ਼ਹਿਰ ਵਿਕਦੀਆਂ ਉਹਨਾਂ ਵੀ ਬੜੀ ਮੁਸ਼ਕਿਲ ਨਾਲ ਹਾਂਜੀ ਇਹ ਅਮੀਜਾਨ ਇਹ ਦੇਖ ਲਿਆ ਜੇ ਇਹ ਆਪਾਂ ਨੂੰ ਤਕਰੀਬਨ ਮਿਲੇਗਾ ਇਹਦੇ ਪਿੱਛੇ ਲਿਖਿਆ ਹੋਣਾ ਇੱਥੇ 190 ਰੁਪਏ ਦਾ ਹਾਂ ਇਹ ਖੇਲਣ ਵਾਸਤੇ ਨਿਸ਼ਾਨੇ ਤੀਰਬਾਜ਼ੀ ਹਾਂ ਚਲੋ ਠੀਕ ਹੈ ਇਹ 175 ਰੁਪਏ ਲੈਂਪ ਹੈ ਹਾਂਜੀ ਬਲਦਾ ਵੀ ਹੈਗਾ ਬਲਦਾ ਬਲਦਾ ਹਾਂ ਓਕੇ ਹੋ ਗਿਆ ਇੱਥੋਂ ਫਿਰ ਲੈ ਲੈਣੇ ਆ ਰਹੇ ਅਰੇ ਕਮਾ ਵੀ ਹੈਗਾ ਉਹ ਤੁਹਾਨੂੰ ਮਿਲੇਗਾ 120 ਰੁਪਏ 120 ਰੁਪਏ ਵਾਲਾ ਬਾਲੂ ਹਾਂਜੀ ਅੱਛਾ ਉਹ ਤੋਂ ਬਾਅਦ ਬਾਲੂ ਵੀ ਗਿਫਟ ਵਾਲਾ ਹੈਗਾ 200-300 ਤੱਕ ਹੀ ਕੱਢ ਸਕਦਾ ਬੰਦਾ ਇਹ 150 ਇੱਕ ਲੈ ਜਾਂਦੇ ਆ ਨਾ ਇਹ 160 ਦੇ ਅੱਛਾ ਅੱਛਾ 160 ਇਹ ਕਿੰਨੇ ਦਾ ਤੁਹਾਨੂੰ ਲੱਗ ਜਾਏਗਾ 80 ਰੁਪਏ ਦਾ ਵੇਲੀ ਨਾ ਹੈਗਾ ਬਣੇ ਹੋਏ ਇਹ ਵੀ ਇੱਕ ਮੀਆਂ ਲੈ ਲੈ ਜਾ ਬੱਚਿਆਂ ਨੂੰ ਪਸੰਦ ਕੀਤੇ ਫਿਰ ਲੈ ਜਾਵਾਂਗੇ 120 ਤੋਂ ਬੱਟੀ 120 ਰੁਪਏ ਇਹ ਵੀ ਇੱਕ ਲੈ ਲਓ ਪਹਿਲੇ ਲਈ ਚੀਜ਼ਾਂ ਦਾ ਬਿੱਲ ਬਣਿਆ ਸੀ 7945 ਰੁਪਏ ਤੇ ਬਾਕੀ ਚੀਜ਼ਾਂ ਨੂੰ ਹੋਰ ਐਡ ਕਰ ਰਹੇ ਨੇਗੇ 35 ਰੁਪਏ ਹੋ ਗਿਆ 60 ਰੁਪਏ ਹੋ ਗਿਆ ਤੇ ਫਿਰ 60 ਰੁਪਏ ਆ ਠੀਕ ਹੈ ਇੱਕ ਇੱਕ ਆਈਟਮ ਲਈ ਹੈਗੀ ਹੈ ਅਲੀ ਨਾ ਛਿਣਕਣੇ ਵਗੈਰਾ ਬੱਚਿਆਂ ਦੇ ਇੱਕ ਵਾਰੀ ਸੇਲ ਹੋਏ ਫਿਰ ਲੈ ਜਾਵਾਂਗੇ ਹੋਰ ਹਾਂ ਬਾਕੀ ਇਹਨਾਂ ਖਿਲੌਣਿਆਂ ਦਾ ਬਿੱਲ ਬਣ ਗਿਆ 8220 ਰੁਪਏ ਇਹ ਸਾਰਾ ਸਮਾਨ ਜਿਹਾ ਪੈਕ ਕਰ ਰਹੇ ਨੇ ਬੁਕਸ ਦੇ ਅੰਦਰ ਅੱਜ ਅਮੀ ਜਾਂ ਰਿਕਸ਼ੇ 'ਤੇ ਜਾਣਾ ਸਮਾਨ ਜਿਤਨਾ ਆਪਾਂ ਲੈ ਕੇ ਜਾਣਾ ਹੈਗਾ ਇਹ ਤਾਂ ਨਹੀਂ ਮੋਟਰਸਾਈਕਲ 'ਤੇ ਬੜੀ ਮੁਸ਼ਕਿਲ ਜਾਵੇਗਾ ਅਤੇ ਮਾਸ਼ਾਅੱਲਾ ਜੀ ਬੋਕਸ ਭਰਿਆ ਗਿਆ ਹੈਗਾ ਮੈਂ ਸੋਚਦਾ ਸੀਗਾ ਸਮਾਨ ਥੋੜ੍ਹਾ ਹੈਗਾ ਅਤੇ ਬੋਕਸ ਵੱਡਾ ਚੱਕ ਲੈਣ ਵਾਕਈ ਬੋਕਸ ਦੇ ਅੰਦਰ ਆ ਗਿਆ ਚਲੋ ਇਹਨੂੰ ਉੱਤੋਂ ਪੈਕ ਕਰ ਦਿਓ ਇਹ ਲੈ ਚੱਲਣੇ ਉੱਥੇ ਫਿਰ ਜੁੱਤੀਆਂ ਵਗੈਰਾ ਜਿੱਥੋਂ ਲੈਣੀਆਂ ਨੇ ਉੱਥੇ ਰੱਖਾਂਗੇ ਉੱਥੇ ਰਿਕਸ਼ੇ 'ਤੇ ਲੋਡ ਕਰਾ ਲਵਾਂਗੇ ਅਤੇ ਸਮਾਨ ਜੀ ਲੋਡ ਕਰ ਲਿਆ ਬਾਕੀ ਹੁਣ ਫਿਰ ਲੈ ਕੇ ਚੱਲਣੇ ਆ ਅੱਗੇ ਜੁੱਤੀਆਂ ਵਾਲੀ ਮਾਰਕੀਟ
बाकी तो जुतियां वाली मार्केट आया दुकाना सारिया बंद ने गी कोई एक अद्धी खुली जुमे की वजह तो ना तो इन्हों को महंगी जुतियां मिलनिया नहीं क्योंकि अच्छी जुतियां दुकाना कोई कोई खुलिया नहीं है सारी मार्केट हैगी अगे तक इधर कोई देख लें फिर भी घूम फिर के ना अगर कोई दुकान मिलती लै लवेंगे नहीं तो फिर यही समान कर लै चलीए असल तो जुमातुल मुबारक के दिन है ना तो ज़्यादातर दुकाना बंद हो जुमे वाले दिन खुली हैगी है वही शॉप हैगी महंगी जुतियां मिली अच्छी जीडिया होंगे नहीं वो भी मर्दा दियाँ सिर्फ ही औरतों की छोटी जुतियां लैनिया नहीं गियाँ तो बच्चों की लैनिया नहीं गियाँ इंशाल्लाह ताला देखना कोई दुकान खुली लै लें नहीं तो फिर रहन देवे सुबह लै जावे आके है देखो सारी मार्केट ही बंद आज अच्छी दुकाना ने ना बड़िया महंगी जुतियां वाली खुली ने सिर्फ जो पहले आए थे इतों एक दुकान तो पता किया छोटी जुतियां का तो वह भी दुकान बंद हैगी चलो कोई ना सुबह आ जावे इतने से दुकान वैसे जोड़ा वाला समान है अच्छे आसानी ना लैके चले जावे नहीं तो रिक्शे ही लै जाना पैना सो चलो कोई ना सुबह 500 का पेट्रोल लग जाएगा 500 का पेट्रोल आज लग गया 1000 रुपये चेंज सानू यह सफर पवेगा सारा समान ही घर पहुँच जाएगा अगर असी रिक्शे वाले तो लै जाते 2000-2500 रुपया लगना सी 1500 रुपया बच जाएगा उनकी अगर जुतियां लीए तो एक पूरा ना समझ लो बंडल आ जाना उनके चांदियां नहीं 3-4 जुतियां के डब्बे आते हैं बचत हो जाएगी चलो कोई ना सुबह आ जावे जो टाइम होया ना उदे इंशाल्लाह हुण चलिए आप घर चलो जी जाते जाते इतों साहिवाल सबज बाकी हुण फिर जाते जाते इतों साहिवाल सबज मंडी चो प्याज तो मिर्चा कुछ लै जानी 2-2-3-3 किलो लै चलने आगे क्योंकि सस्तियां मिलनगियां इतों बाकी इतने सबज मंडी रश ही बहुत ज़्यादा है प्याज जड़े ना अच्छे वाले ना 200 रुपये किलो मिल रहे हैं 5 किलो ले लेने सबज मंडी जी समान लै लिया तो बाकी हम फिर घर चलने आ गए अज गल कर कर के यकीन कर जो बड़ी बुरी हालत हुई भी हैगी गला ही सोच गया है चलने घर तो चल के अफतारी की हाली तक जेना तैयारियां करनी इंशाल्लाह ताला शेयर करा या समान इतों खरीदे भी तेरे ना उन्हें चल के शेयर करने की चीज़ा लिया ने कि लिया ने इतने दरिया रावी से आ गए हैं बाकी घर पहुंचने वाले हैं अं थले जी गड्डी हुई तरबूज की फसल सूह इंशाल्लाह ताला इनका तुम विजिट करावे जो गए ना शहर जुतियां लवन तो उदो इंशाल्लाह ताला इनका मुकम्मल तुम विजिट करावे थले जाके इस तरह मेरे दादा जान तो अबू जान सारे रल के गड़ते होंगे मल्ला तरबूजा दवें ठाठ दरिया इलाके ना कटते होंगे पाकिस्तान जिंदाबाद जुगाड़ लाई जा रहे हैं डबल डबल सवारियां इस तरह बैठ गई ने वापस पिंड जी अस आ गए जब हम घर चलीए तो माशाल्लाह देखो कितना ब्यूटीफुल गंदम ही चमक रही है बाकी अबू जान ने समान जो ला लिया चल के तुम दिखाने हूँ फिर बाकी समान जोड़ा इतने घर रख के तुम दिखाने आगे तो जड़िया चूड़िया पईया ने कल वाली वह भी तुम दिखा देवे वीडियो इन्हें बड़ी बन जानी हैगी तो फिर जेडे अगर आप लैके आए इन्हें नाल जुतियां तो अल्लाह ली कोई बेहतर होगी कि उन्हें तो वीडियो फिर बन जानी सी कोई घंटे की चलो फिर भी मुनासिब रेट से मिल गए अगर असि उ जुतियां लेंदे कोई एक अद्धी दुकान खुली भी आती ना खुली तो आनी सी लेकिन उन्होंने सानू जिवें किसी ने देनी ना 200 की उन्होंने 220 रुपए की एक जोड़ा लाना सीगा इस तरह हिसाब कोई बनना है ए वाला जो बॉक्स है बाद दंद खाने पहले जी तुम फराक दिखा दईए सारे जो बंडल ने गए 6-6 फराक के ए तकरीबन सानू पई है जी 585 रुपए की इन्हें 10 रुपए छड़ दो 575 रुपए की 10 रुपए डिस्काउंट उन्होंने दसिया 500-10 रुपए की हैगी एक फराक ये फिर अगे दंद में पीस भी कढ़ के दिखाने पहले उत्तों ही दंद दिखा देव थोड़ा जहाँ आइडिया हो जाएगा दंद सारे डिजाइन लगता है 700 रुपए समझ लो कि 690 रुपए का सानू जो पीस पे हैगा इन्हें 6 फराक हो अलग अलग नूर खुश वेखो कि हो रही नूर तेन सिर्फ इन्हें एक फराक देनी है असी वो ना कभी कौन मैं भी लैनी तो मैं भी लैनी 660-650 रुपए की माशाला फराक चेक करो
जी थोड़ी महंगी है 740 इतने लिखे हुआ है ना 730 आप लगी है फ्राक वैसे अच्छी भी आएगी हाँ अमिया ने खोल के बिचो सारिया जो दिखाओ नहीं बिचो खोल के पैकेट जड़े ने गे अलग अलग जिम्मे कलर ने ना वो दिखाने बाकी देखो इस तरह ना दन दिखा लग्या सीगा अलग अलग कलर नहीं गे इन्हां लेकिन डिजाइन जेडे ने गे फिर कभी तुहानू वीडियो दिखावांगे या जदों ना हैंगर लिया आके बाहर टंगे ना उदो दन दिखावांगे नूर दा लगदा दिल आ रहा है फ्राका ते है आपां सेल करन वास्ते लै जी गर नहीं पाणियां ने गियां ते बाकी अल्लाह दा शुक्र हैगा कि बहुत मुनासिब चीज़ां जिहड़ियां ना मिल गईयां ने गियां ते तुसीं देखिया जे मंजा भरिया जाणा सारियां फ्राकां नाल डिजाइन भी बहुत प्यारे ने ना देखो बाकी बॉक्स ही इत थले रख लिए सारिया फ्राक जिस मंजे जोड़ के दंद खाना क्या बात है चेक करो जी हर कलर हर डिजाइन है तो साढ़े पिंड मैं छड़ के मैं कहना शहर च यह जी नहीं लैंदा होना कोई अच्छी क्वालिटी की चीज़ जी ना इतने मुनासिब रेट से रेट तो असं बेचनी फिर भी सानू पिछो एक फ्राक चु 50-60 रुपया या 100 रुपया बच गया करेगा देखो किन्ने प्यारे डिजाइन ने गे देखो है और डिजाइन हैगा ए मियां एक डिजाइन दे विच ना दो कलर ने गे नहीं नहीं देखो ज्यादा ज्यादा दो दो कलर ने गे एक पैकेट च जिवें आ डिजाइन है ना ते इंदे च हुण एक पैकेट दो कलर होणगे इंदे तरह दे सेम है तो ज्यादा इन्होंने पाए हुए ने ज्यादा नहीं मिक्स ने गे कोई कोई डिफरेंट ने ना कोई कोई वेखो आवे मिक्स ही गे सारे अलग अलग ने गे लेकिन मैनू सारे नो ज्यादा जेना प्यारा है कलर लग रहा है अगर देखा जावे तो वैसे माशाल्लाह सारे कलर ही प्यारे ने गे है आला भी ते फ्राकां भी बहुत प्यारे डिजाइन ने गे फ्राकां मियां इन्हू कहंदे ने कि सूट सीते सता है रेडीमेड फ्राक काटन दे विच ने गिया और दूसरिया फ्राक असीं वेखियां भाई साहब 1800-1800 रुपए की एक फ्राक सी जी मैं कह अगे की सेल करनी साडा पिंड था इत्थे ज्यादातर ऐ ही सेल आउंदियां ने हां बाद दे ले आवांगे चलो वो तो बंडल बन रहा सी किधरे अम्मी जान 7000 रुपए का 7000 रुपए का बंडल दस रहे सी तकरीबन उनका रेट सी 650-650 किन्ने का दो दिन सारी चीजा करने आगे फिर कुंजिए अपने बैड पाइए दिखाईए देखो सारे डिजाइन पे ने माशाल्लाह अनबॉक्स इन्हों की चौक ही कहते नहीं गे पैकेट तो ला के दिखाइए तो फिर तो काफी टाइम लग जाए लड़किया नहीं लड़किया फोन करो सच ओना शेल्फ के पिछे कहना है शेल्फ ही तैयार कर दे मैं फटे भी सारा काम तैयार कर सुबह फर्स्ट टाइम जरा ना उन्होंने चला जावगा समान जो लैना बाकी हां उतो रक्षे तो लदवा लवेंगे भी समान तो जुतियां ही लैनी जुतियां रक्षे तो लदा लें जुतियां नहीं लाया आगे आज बांसी बाजार चलो आराम ना जुतियां नाल लें हाँ तो उधर कढ़ाई जड़ी धोती भी हैगी आयशा जड़ी ना सारा समान वगैरह रेडी रखी बैठी पकौड़िया समोसिया तो गारे च तलाई करन लगी सी अगर असी ना ना आंदे उन्होंने अफतारी वास्ते गारे च समोसे पकौड़े तलाई करके अबू जान नूं बाहर देने सी अबू जान सेल कर लेंदे लेकिन अज मैं खुद तलाई करांगा बाहर ही रख के ते बाकी उस जेड़े ने मंजे चलो वह वाला खोल लें आगे इतने नहीं अम्मी जान खोलन लगे फरीशा बेचारी तंग कर तो उन्होंने चलो ठीक है प्यारियां लगदियां ने इस तरह खिलरियां पई ना देखने देखो लो जी बिग बॉक्स जेड़ा सी ना ये भी अनबॉक्स करन लगे आगे बस है देखो जी समान माशाल्लाह विच काफी सारा हैगा स्नैन पाड़ ना दे यार डब्बा एवं एवं कलोज ही रहन दे बाद काम आवेगा
देखो ए सानू सिर्फ 80-80 रुपए दी मिली सानू अंकल बाबर को लेंदे सी 100-100 रुपए दिंदा सी कहंदा 120 रुपए सेल 80 रुपए दी 40 रुपए एक पैकेट पीछे बचन गए सानू जी देख ले जाओ सानू 20 रुपए बचत होंदी एक पैकेट पीछे ओथों लिया सानू 40 रुपए बचत है जी नूर खुशी बहुत ज्यादा है कि नूर वास्ते अम्मी जान ने गिफ्ट ले आई है ने तन्नू ही दिखावांगा मैं लेकिन मैं नूर नु नहीं देना क्योंकि नूर ने साडी भी चोरी कीती है जी ए तो चोरी कीती है जी नहीं नूर चोरी है जी सानू पवेगी 10-10 रुपए दी अगे 20 रुपए दी सेल करनी है जी बच्चे बड़ी शौक न लेके करनगे ते दूसरी जेड़ी अगे अम्मी जान आपो थू लाया सी नी सेल लगी सी आपां नू 6 रुपए दी एक पैनी हैगी कह रहे सी अगे सी 10 रुपए दी सेल करनी है गुबारा है ना ए पैकेट सानू मिलिया 330 रुपए दा ते इहदे तकरीबन 200 गुबारा होना सी आप अंदाजा ला लो किन्ने दा पिया ए लंबे गुबारे हुंदे ने ओह फुला के देवण वाला पंप ही हुंदा इहदे नाल लेकिन ओह पंप मैनू याद नहीं रहा 50 रुपए दा मिलना सी ओह वी लै लैंदे चलो कोई नैक्सट टाइम लै आवांगे काफी चीजा माशाला पईया ने सारी नंद खाने बाकी अम्मी जाना तो दुकान चली गए तो माशाला असि ना चंगी ही गड्डिया लैके आया आगे जेडिया महंगी आलिया ने भी लाया नॉर्मल आलिया ही लाया आगे दो अच्छे आलिया गड्डिया नहीं है वड्डिया भी लै आगे कोई बच्चे होंगे नहीं कहते सू वी गड्डी दो नूर का गिफ्ट हैगा लेकिन नूर नु नहीं मिलना है तेरी तरह ही लेकिन नहीं हूँ तेनू देना तू सा पिछु आ कैचर क्यों चक्या है है बाकी ट्रक वगैरह आ गया और है पे होया ट्राली ट्रैक्टर आ गया अगे 200 रुपए का सनी ने सेल होने 130-140 रुपए का इन्हें का मिलिया सी है भी ट्रक आ गया ट्राली ट्रैक्टर यह छोटे वाला वड्डे वाला है 100 रुपए का सेल होगा चलो जी एंड दे नाल दी कार आ गई दूसरी हाँ ये भी नूर दी तरह ही नहीं है साड़ी नूर है ही कि मैं स्मार्ट जी छोटी जी ऐ देखो ऐ भी गुड़ियां दो लिया सी ते ऐ आलिया भी दो लिया गई फिर हर तरह की होनी चाहिए इन्हें नाल शीशा वगैरह ही है ओके ओके सस्ते वालियां थोड़ी आ दूसरियां पईयां महंगियां जिहड़ियां 10 रुपए सानू पवे 20 रुपए सेल करांगे ते आ दूसरी 10 दी सेल करांगे जिहड़ी सेल तो लाया सी 10-10 दी बहुत वीआईपी है ना कहिंदी जगह ही घट है कि साडे कोई चीजां दिखावण का नहीं जी 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 बाकी समान जरा अगे और भी पे है पहले वाले तरतीब जोड़े है करेना वगैरह ने गे सारिया इतने जोड़ी जाने ऐ दूसरी करेन हैगी ए डबल हैगी वाली डिफरेंट कलर के जड़िया करेना भी लिया सी मैं ये कितने अमीजान 6 पीस सी ना हाँ एक कह पे होया अलग अलग कलर ने गे हाँ टोकरी वाली गुड़िया ये शॉपिंग करन जा रही अमीजान शॉपिंग करन जा रही है देखो माशाल्लाह कितने खिलौने ने हाली तक बिच पाए हुए ने काफी सारे देखो ए स्कूल टाइम बस हैगी जी ये भी 3 लईयां ने गियां सेल होईयां फिर इंशाल्लाह ताला ले आवांगे समान हाँ ए भी पई हुई है करेट मोटरसाइकिल बाइकां आ गईयां ए 3 कलर दियां ने ना अलग अलग हाँ इत्थे कोर होना है कहिंदे नाल दा ही पीस हाँ 3 अलग अलग कलर बाइक लिया सी ए आ गया तितर जहा बनया हों इन पिछे दी मुठा थले पईयां लाल सोटियां हाँ टिक टिक की आवाज करता है बाकी सारा फिटिंग इनका बिच ही समान है तकरीबन 3 नेगी है भी बाकी ए गिफ्ट जेड़ा हैगा एक ही लै आंदा हैगा मैं क्या बच्चे जेड़े देखणगे अगर ये दिख गया तो उस तो बाद फिर एक लै आवांगे इसे तरह ही ना ये चीज़ा एक बार थोड़ी थोड़ी लै आवांगे अगर सेल हो फिर ज़्यादा लै आवांगे चिड़ी छिक्का एक ही लिया हैगा सिर्फ महल्ले दे बच्चे जेड़े ने भी आए खड़े ने गे देख रहे ने चीज़ा कि केहो जी लै आए ने गुड़ियां आ गई छोटिया छो
ਕੋਟੇ ਵਾਲੀ ਆ ਜੰਗਲ ਦੇ ਜਾਨਵਰ ਨੇ ਇਹ ਬਾਕੀ ਹੈ ਛੋਟਿਆਂ ਬੱਚਿਆਂ ਦੇ ਛਣਕਣੇ ਵਗੈਰਾ ਜਿਹੜੇ ਹੁੰਦੇ ਨੇ ਜੇ ਉਹ ਬਣੇ ਹੋਏ ਨੇ ਬਸ ਇਹ ਸਮਾਨ ਅਸੀਂ ਜਿਹੜਾ ਨਾ ਅੱਜ ਲੈ ਆਵਾਂਗੇ ਮਾਸ਼ਾਅੱਲਾ ਦੇਖੋ ਇਹ ਵਾਲੀ ਮੰਜੀ ਹੈ ਇਹ ਵੀ ਓਵਰਲੋਡ ਹੋਈ ਪਈ ਆ ਅਤੇ ਇਹ ਵਾਲੀ ਮੰਜੀ ਮਾਸ਼ਾਅੱਲਾ ਓਵਰਲੋਡ ਹੋਈ ਪਈ ਆ ਇਹਦੇ 'ਤੇ ਸਾਰੇ ਕੱਪੜੇ ਵਗੈਰਾ ਨੇ ਗੇ ਅਤੇ ਉੱਧਰ ਹੋ ਗਏ ਅੰਮੀ ਜਾਨ ਚੂੜੀਆਂ ਹੀ ਚੱਕ ਲਿਓ ਉਹ ਹੀ ਦਿਖਾ ਦੀ ਆਪਣੇ ਵੀਵਰਾਂ ਨੂੰ ਉਹ ਹਾਂਜੀ ਅੰਦਰ ਪਈਆਂ ਉਹ ਆਪਾਂ ਉੱਥੇ ਥੱਲੇ ਹੀ ਹੋ ਰੱਖਣੇ ਕਿੱਥੇ ਹੋ ਰੱਖਣੇ ਚਲ ਤੀਸਰੀ ਮੰਜੀ ਪਾ ਲੈਂਦੇ ਹਾਂ ਥੱਲੇ ਆ ਪਈ ਆ ਬਾਕੀ ਅੰਮੀ ਜਾਨ ਜੀ ਚੂੜੀਆਂ ਲਿਆ ਕੇ ਰੱਖ ਲਈਆਂ ਮੈਂ ਤੁਹਾਨੂੰ ਦਿਖਾਈ ਜਾਂਦਾ ਆ ਗਿਆ ਮਾਸ਼ਾਅੱਲਾ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਹੈਗੇ ਇਹਨਾਂ ਛੋਟਿਆਂ ਬੱਚਿਆਂ ਦੀਆਂ ਲੈ ਆਏ ਸੀਗੇ ਅਤੇ ਵੱਡੀਆਂ ਵੀ ਲੈ ਆਏ ਸੀਗੇ ਅਲੱਗ ਅਲੱਗ ਸਾਰੇ ਡਿਜ਼ਾਈਨ ਪਿਆਰੇ ਪਿਆਰੇ ਇਹਨਾਂ ਐਵੇਂ ਦਰਜਨ ਦੇ ਹਿਸਾਬ ਨਾਲ ਕੋਈ ਮਿਲੀ ਸੀਗੀ ਲੱਛਾ ਜਿਹਾ ਬਣਿਆ ਹੁੰਦਾ ਗੋਲ ਇਹਦਾ ਇਸ ਤਰ੍ਹਾਂ ਇਸ ਹਿਸਾਬ ਨਾਲ ਮਿਲ ਗਿਆ ਸੀਗੇ ਅਤੇ ਬਾਕੀ ਇਹ ਡੱਬੇ ਦੇ ਹਿਸਾਬ ਨਾਲ ਮਿਲੀਆਂ ਹੋਈਆਂ ਨੇਗੀਆਂ ਇਹ ਵੀ ਡੱਬਿਆਂ ਦੇ ਸਾਹਮਣੇ ਮਿਲੀਆਂ ਸੀਗੀਆਂ ਉੱਥੋਂ ਸਮਝ ਲਓ ਨਾਰਮਲ ਵੀ ਅੱਛੀਆਂ ਵੀ ਅਤੇ ਦਰਮਿਆਨੀਆਂ ਵੀ ਸਾਰੀਆਂ ਚੂੜੀਆਂ ਜਿਹੜੀਆਂ ਨਾ ਅਸੀਂ ਮਿਕਸ ਕਰਕੇ ਲੈ ਆਏ ਸੀਗੇ ਜਲਦੀ ਜਲਦੀ ਇਹਨਾਂ ਸਾਰੀਆਂ ਖੋਲ ਕੇ ਤੁਹਾਨੂੰ ਦਿਖਾਉਂਦਾ ਹਾਂ ਗਿਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਨੇ ਛੋਟੀਆਂ ਬੱਚੀਆਂ ਨੇ ਜਿਵੇਂ ਕਿ ਸਾਡੀ ਇਮਾਨ ਫਾਤਮਾ ਹੈ ਜੀ ਜਾਂ ਸਾਡੇ ਪੜੋਸੇ ਬੱਚੇ ਖੜੇ ਨੇ ਗੇ ਇਹਨਾਂ ਨੂੰ ਪੂਰੀਆਂ ਹੋ ਗਈਆਂ ਛੋਟੇ ਵੱਡੇ ਸਾਰੇ ਤੇ ਮੇਨ ਜੀ ਸਭ ਤੋਂ ਪਿਆਰਾ ਜਿਹੜਾ ਨਾ ਮੈਨੂੰ ਇਹ ਲੱਗਿਆ ਹੈਗਾ ਇਹ ਬਹੁਤ ਪਿਆਰਾ ਸੈੱਟ ਲਿਆ ਹੈਗਾ ਇਹੋ ਜੀ ਇਨਸ਼ਾਅੱਲਾ ਤਾਲ ਨੈਕਸਟ ਟਾਈਮ ਜਦੋਂ ਗਏ ਨਾ ਹੋਰ ਲੈ ਆਵਾਂਗੇ ਤਕਰੀਬਨ 10 ਦਰਜਨਾਂ ਨਹੀਂ ਗਈਆਂ ਸਾਡੇ ਦੇ ਵਿੱਚ ਪਹਿਲਾਂ ਲਈ ਜਦੋਂ ਸੇਲ ਹੋ ਗਈਆਂ ਫਿਰ ਨਵੀਆਂ ਜਾ ਕੇ ਲੈ ਆਵਾਂਗੇ ਸਭ ਤੋਂ ਜਿਹੜਾ ਨਾ ਛੋਟਾ ਸਾਈਜ਼ ਲੱਗਦਾ ਜ਼ੀਰੋ ਸਾਈਜ਼ ਇਹ ਬਹੁਤ ਪਿਆਰੀਆਂ ਨੇਗੀਆਂ ਮੈਂ ਨਾ ਜਿਹੜੀ ਆਪਣੀ ਪਸੰਦ ਦੀਆਂ ਲਈਆਂ ਸੀਗੀਆਂ ਇੱਕ ਇਹ ਸੈੱਟ ਹੈਗਾ ਅਤੇ ਇੱਕ ਪਿਆ ਇੱਕ ਇਹ ਪਿਆ ਹੈਗਾ ਰੰਗ ਬਰੰਗੀ ਜੀ ਪਿਆਰੀ ਪਿਆਰੀ ਜੀ ਇਹ ਵੀ ਅੰਮੀ ਜਾਨ ਨੂੰ ਮੈਂ ਹੀ ਕਿਹਾ ਸੀ ਮੈਂ ਕਿਹਾ ਅੰਮੀ ਜਾਨ ਇਹ ਵੀ ਮਿਕਸ ਨਹੀਂ ਹੈ ਲੈ ਲਈਏ ਅਤੇ ਬਾਕੀ ਅੰਮੀ ਜਾਨ ਨੇ ਪਸੰਦ ਕੀਤੀਆਂ ਸਾਰੀ ਅੰਮੀ ਜਾਨ ਦੀ ਪਸੰਦ ਹੈਗੀ ਲਓ ਜੀ ਇਹ ਵਾਲੀ ਸ਼ੋਪਿੰਗ ਤੁਹਾਡੇ ਨਾਲ ਜੀ ਸ਼ੇਅਰ ਕਰਤੀ ਹੈਗੀ ਜਿਹੜੀ ਕਰਕੇ ਆਇਆ ਸੀਗੇ ਕਿਉਂਕਿ ਇੱਕ ਪਰਸੋਂ ਵੀ ਜਾਣਾ ਆਪਾਂ ਲੈ ਕੇ ਆਏ ਸੀ ਨਾ ਪਰਸੋਂ ਲਾ ਦੀ ਇਹ ਵੀ ਪੈਂਡਿੰਗ ਪਈ ਹੈ ਸੀ ਜੀ ਨਾਲ ਲੈਂਦੀਆਂ ਸੀ ਕਿ ਲੈਕਣ ਖਾਈਆਂ ਨਹੀਂ ਸੀ ਬੈਠੇ ਪਾਈਆਂ ਅਸੀਂ ਆਖਿਆ ਅੱਜ ਦੇ ਨਾਲ ਸਾਰੀਆਂ ਦੀ ਖਾ ਦੇ ਬੈਠੇ ਪਾਈਆਂ ਨੇ ਸ਼ੇਅਰ ਕਰ ਲਈ ਤੇ ਉਹ ਭੈ ਜੀ ਖਿਲਾਉਣੇ ਨਾਲ ਆ ਗਈਆਂ ਜੀ ਫਰਾਕਾਂ ਨਾਲ ਹੀ ਚੂੜੀਆਂ ਤਿੰਨ ਆਪਣੇ ਅੰਮੀ ਜਾਣ ਇਹ ਕਾਰੋਬਾਰ ਹੋ ਗਿਆ ਇਹ ਕਰਿਆਨੇ ਦਾ ਹੋ ਗਿਆ ਨਾਲ ਸਬਜ਼ੀ ਦਾ ਪੰਜ ਹੋ ਗਏ ਛੇਵਾਂ ਸਮੋਸੇ ਪਕੌੜੇ ਛੇ ਕੰਮ ਅਸੀਂ ਨਾਲੋਂ ਨਾਲ ਜਿਹੜੇ ਨਾ ਇਨਸ਼ਾਅੱਲਾ ਤਾਲਾ ਲੈ ਕੇ ਚੱਲਾਂਗੇ ਔਰ ਵੀ ਇੱਕ ਅੱਧਾ ਨਾਲ ਅਸੀਂ ਵਧਾ ਸਕਦੇ ਹਾਂ ਜਿਹੜੀ ਚੀਜ਼ ਦਾ ਜ਼ਿਆਦਾ ਤੇ ਡਿਮਾਂਡ ਹੋਈ ਨਹੀਂ ਸਾਡੇ ਕੋਲ ਉਹ ਇਨਸ਼ਾਅੱਲਾ ਤਾਲਾ ਨਾਲ ਔਰ ਬਣਾਵਾਂਗੇ ਜੀ ਜੀ ਬਾਕੀ ਹੁਣ ਫਿਰ ਸਮਾਨ ਜਿਹਾ ਸਾਰਾ ਹੈ ਕੁੰਜਣ ਲੱਗਿਆ ਹੁਣ ਦੁਕਾਨ ਹੈ ਉੱਥੇ ਅੰਦਰ ਤਾਂ ਨਹੀਂ ਲਾ ਸਕਦੇ ਲੇਕਿਨ ਅੱਬੂ ਜਾਨ ਨੇ ਬੁਲਵਾਇਆ ਹੈਗਾ ਅੰਕਲ ਨੂੰ ਦਰਖਾਨ ਜਿਹੜੇ ਨੇਗੇ ਉਹ ਆਉਂਦੇ ਨੇ ਇੱਕ ਤਾਂ ਉਹਨਾਂ ਨੇ ਸ਼ੈਲਫਾਂ ਦੀ ਗੱਲ ਕਰਨੇ ਜਾਂ ਅੰਦਰ ਬਣਵਾਉਣੇ ਨੇਗੇ ਅਤੇ ਬਾਕੀ ਇਹ ਫੱਟਾ ਹੈਗਾ ਉਹਦੀ ਉਹਨਾਂ ਨੇ ਗੱਲ ਕਰਨੇ ਫੱਟੇ ਜਿਹੜੇ ਨਾ ਸੁਬਾਹ ਤੱਕ ਉਹਨਾਂ ਨੇ ਸਾਨੂੰ ਹਰ ਹਾਲਤ 'ਤੇ ਬਣਾ ਦਿਓ ਕਿਉਂਕਿ ਸਮਾਨ ਮਾਸ਼ਾਅੱਲਾ ਸਾਡੇ ਕੋਲ ਬਹੁਤ ਜ਼ਿਆਦਾ ਹੈਗਾ ਅਗਰ ਬਾਹਰ ਅਸੀਂ ਸ਼ੋਅ ਕਰਾਵਾਂਗੇ ਨਾ ਗਾਹਕਾਂ ਨੂੰ ਤਾਂ ਫਿਰ ਹੀ ਉਹਨਾਂ ਨੇ ਲੈਣਾ ਹੈਗਾ ਅਗਰ ਅਸੀਂ ਐਵੇਂ ਹੁਣ ਗਾਰੇ ਰੱਖੀਏ ਉਹਦਾ ਤਾਂ ਕੋਈ ਨਹੀਂ ਫਾਇਦਾ ਹੁਣ ਹਾਲਾਂਕਿ ਇੱਕ ਦੋ ਆਂਟੀ ਆਈਆਂ ਨਹੀਂ ਆ ਅਬੂ ਜਾਨ ਕੋਲ ਸਬਜ਼ੀ ਲਵਣ ਅਬੂ ਜਾਨ ਉਹਨਾਂ ਨੂੰ ਡਾਇਰੈਕਟ ਹੀ ਅੰਦਰ ਭੇਜੋ ਉਹਨਾਂ ਨੇ ਕਿਹਾ ਕਿ ਜਾ ਕੇ ਨਾ ਤੁਸੀਂ ਸਮਾਨ ਦੇਖੋ ਸਮਾਨ ਅਸੀਂ ਕਾਫੀ ਲੈ ਆਉਂਦਾ ਹੈਗਾ ਜ਼ਿਆਦਾਤਰ ਤਾਂ ਗਾਹਕਾਂ ਨੂੰ ਅਸੀਂ ਖੁਦ ਹੀ ਦੱਸ ਦਿੰਦੇ ਹੁੰਦੇ ਹਾਂ ਕਿ ਫਿਰ ਦਿਖਾਉਂਦੇ ਵੀ ਹਾਂ ਕਿ ਸਾਡੇ ਕੋਲ ਚੀਜ਼ਾਂ ਇਸ ਤਰ੍ਹਾਂ ਦੀਆਂ ਪਈਆਂ ਨੇਗੀਆਂ ਲੇਕਿਨ ਉਹ ਬਿਹਤਰ ਰਹੇਗਾ ਕਿ ਜਿਹੜਾ ਬਾਰ ਬਾਰ ਡੱਬੇ ਖੋਲ੍ਹ ਕੇ ਦਿਖਾਉਣੇ ਨੇ ਨਾ ਉੱਥੇ ਬਾਹਰ ਹੀ ਫੱਟੇ 'ਤੇ ਲੱਗਿਆ ਹੋਵੇਗਾ ਇਨਸ਼ਾਅੱਲਾ ਅਤੇ ਅੰਮੀ ਜਾਨ ਇਹ ਸਮਾਨ ਫਿਰ ਤੁਸੀਂ ਗੁੰਝੋ ਅਤੇ ਮੈਂ ਜਲਦੀ ਜਲਦੀ ਜਿਹੜਾ ਨਾ ਬਾਕੀ ਹੁਣ ਇੰਤਜ਼ਾਮ ਕਰਨਾ ਹੈਗਾ ਬਾਹਰ ਜਿਹੜਾ ਨਾ ਫੱਟਾ ਵਗੈਰਾ ਆਪਣਾ ਲਾ ਕੇ ਤਲਾਈ ਵਗੈਰਾ ਦਾ ਵੀ ਨਾਲ ਨਾਲ ਨਾ
बल्कि मम्मी जान दी नाल हेल्प कराना है जो समान है इसलिए मैं कुछ ना जल्दी जल्दी क्यों मम्मी जान फिर नाल हेल्प करावनगियां आलू जी ना चिप्स वास्ते कट्टन इस तरह आलू उबले पेने गए मसाला वगैरह ही बनया पेगा रोल समोसिया का वो तो बस फौरन ही समझ लो कि बन जावे लेकिन जी चिप्स वगैरह है आलू वगैरह लिए कट्टन आए नहीं गए बाकी चलो समान तक कुंज लैने आ गए तो बाकी ये तैयारी वगैरह भी जल्दी जल्दी करनी क्योंकि अफतारी थोड़ा जहा टाइम पे है मैं जल्दी जल्दी जीज़ा फ्राई करना अगले ब्लॉग थोड़े ने इंशाल्लाह ताला शेयर करांगे क्योंकि अला ब्लॉग काफ़ी लंबा चौड़ा बन गया फिर और ज़्यादा लंबा हो जाना तो फिर ताडे को देखने जेड़ा मेरे भैन भाई कुछ कहते हैं यकीनन उन्हों का बहुत बहुत शुक्रिया जो सा डेली ब्लॉग वाच करते उन्होंने वह मेरे भैन भाई ने गए कि जिन्हों का एक एक मिनट भी बड़ा कीमती होंगे है लेकिन फिर भी अगर मैं 50 मिनट का ब्लॉग अपलोड करना तो उन्हें मैंने इतना रिस्पोंस मिलता है कि 50 मिनट चू भी मिनट जरा वाच टाइम पक्का ही मिलता है तो 20 मिनट एसटीमेट ला के यूट्यूब सू दसदा होंगे कि हर वीवर के हिसाब में अगर डिवाइड किया जाए ना सारे वीवर फिर भी तुम भी मिनट दस वाच कर रहे हैं कुछ तो मेरे वीवर ने कि एक सेकेंड भी नहीं जरा ना विचों मिस करते हैं मुकम्मल ब्लॉग वाच करते होंगे उन्होंने तो बहुत बहुत शुक्रिया अल्लाह पाक उन्होंने हमेशा कुछ रखे जल्दी जल्दी मेरी जबान ही फिसल रही क्योंकि फिर ना दूसरा काम ही करना इंशाल्लाह ताला अगले ब्लॉग मिलने वाले जो अपना ब्लॉग इतने खत्म होता तुम्हें अच्छा लगे लाजमी अपने चैनल सब्सक्राइब कर लेना वीडियो लाइक कर लेना कि दोस्तों रिश्तेदार शेयर भी कर लेना ओके थैंक्स फॉर वॉचिंग एंड अल्लाह हाफिज़।